ਸਤਿਕਾਰਯੋਗ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ, ਕਿਉਂਕਿ ਇਸ ਟੂਲ ਪਲਾਜ਼ੇ ਦੇ ਉੱਤੇ ਆਪਾਂ ਨੂੰ ਅੱਜ 30-31 ਦਿਨ ਹੋ ਗਏ ਨੇ ਮੋਰਚਾ ਬੱਲੀ ਬੈਠਿਆਂ ਨੂੰ। ਸਾਰਾ ਹੀ ਸਤਰਾਣਾ ਹਲਕਾ ਬੜਾ ਵੱਧ ਚੜ੍ਹ ਕੇ ਸਹਿਯੋਗ ਕਰ ਰਿਹਾ, ਔਰ ਭਰਾਵੋ ਇਹ ਆਪਾਂ ਦੇ ਨਾਂ ਇੱਕ ਦੂਜੇ ਦਾ ਸਹਿਯੋਗ ਕੀਤਾ। ਮੇਰਾ ਆਪਣੀਆਂ ਜ਼ਮੀਨਾਂ ਦੇ ਉੱਤੇ ਹਮਲਾ ਨਹੀਂ, ਇਹ ਭਰਾਵੋ ਆਪਣੀ ਸ਼ਾਨ ਦੇ ਉੱਤੇ, ਆਪਣੀ ਅਣਕ ਦੇ ਉੱਤੇ ਔਰ ਆਪਣੇ ਵਜੂਦ ਦੇ ਉੱਤੇ ਹਮਲਾ ਹੈ। ਆਪਾਂ ਜਾਗੀਏ, ਆਪਾਂ ਜਿਹੜੀਆਂ ਧੜੇਬੰਦੀਆਂ ਦੇ ਵਿੱਚੋਂ ਉੱਪਰ ਉੱਠ ਕੇ ਜਿਹੜੀਆਂ ਪਿੰਡਾਂ ਦੇ ਵਿੱਚ ਮਾੜੀਆਂ ਮੋਟੀਆਂ ਆਪਣੀਆਂ ਗੱਲਾਂ ਨੇ ਉਹਨਾਂ ਨੂੰ ਭੁੱਲ ਕੇ, ਜਿਵੇਂ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਬਣਾਇਆ, ਆਪਾਂ ਵੀ ਪਿੰਡਾਂ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਜਿੰਨੇ ਵੀ ਮੇਰੇ ਇੱਥੇ ਸਰਪੰਚ ਵੀਰ ਹੋਰ ਮੈਂਬਰ ਪੰਚਾਇਤ ਜਾਂ ਹੋਰ ਪੰਚਾਇਤਾਂ ਦੇ ਨੁਮਾਇੰਦੇ ਨੰਬਰਦਾਰ ਵੀਰ ਆਏ ਨੇ, ਉਹ ਸਾਥ ਦਿਓ ਜਥੇਬੰਦੀਆਂ ਦੇ ਨਾਲ ਜੋੜੇ ਲੋਕਾਂ ਨੂੰ, ਤਾਂ ਜੋ ਆਪਾਂ ਇੱਕ ਵੱਡੀ ਆਵਾਜ਼ ਬਣ ਕੇ ਇਹ ਜੋ ਭੂਪਰੀ ਹੋਈ ਸੈਂਟਰ ਦੀ ਗੌਰਮੈਂਟ, ਇਹ ਭਰਾਵੋ ਤੁਸੀਂ ਮੋਦੀ ਦੀ ਧਾਣ ਦੇ ਉੱਤੇ ਗੋਡਾ ਰੱਖ ਦਿੱਤਾ ਔਰ ਇਸ ਨੂੰ ਹੁਣ ਮਸਲਣਾ ਸ਼ੁਰੂ ਕਰ ਦਿੱਤਾ। ਇਹ ਜਿਹੜਾ ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਜਗ੍ਹਾ ਜਗ੍ਹਾ ਦੇ ਵਿੱਚ ਮੋਰਚੇ ਲੱਗੇ ਨੇ, ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਹੋ, ਇਹ ਸਾਰੀਆਂ ਰਿਪੋਰਟਾਂ ਤੁਹਾਡੀਆਂ ਮੋਦੀ ਦੇ ਕੋਲ ਜਾ ਰਹੀਆਂ ਨੇ ਔਰ ਇਹ ਤੁਹਾਨੂੰ ਇੱਥੇ ਜਿਹੜਾ ਤੁਸੀਂ ਇਕੱਠ ਕਰਕੇ ਬੈਠੇ ਹੋ ਉਹਦੀ ਨੀਂਦ ਹਰਾਮ ਹੋ ਰਹੀ ਹੈ ਮੋਦੀ ਦੀ। ਇਸ ਕਰਕੇ ਜਿਹੜਾ ਆਉਣ ਵਾਲਾ ਅਗਲਾ ਪ੍ਰੋਗਰਾਮ ਹੈ ਆਪਣਾ 26 ਤੇ 27 ਤਰੀਕ ਦਾ, ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ ਜਾਣਾ ਔਰ ਇੱਥੇ ਆਪਣਾ ਇਸ ਟੂਲ ਪਲਾਜ਼ੇ ਤੇ ਲਗਾਤਾਰ ਮੋਰਚਾ ਜਾਰੀ ਇਸੇ ਤਰ੍ਹਾਂ ਹੀ ਰਹਿਣਾ, ਇੱਥੇ ਵੀ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਆਪਾਂ ਇਸ ਮੋਰਚੇ ਨੂੰ ਹੋਰ ਕਾਮਯਾਬੀ ਦੇ ਨਾਲ ਇਸ ਨੂੰ ਸਿਖਰਾਂ ਤੱਕ ਪਹੁੰਚਾ ਸਕੀਏ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਇਲਾਕੇ ਦਾ। ਭਰਾਵੋ ਇਹ ਜ਼ਮੀਨਾਂ ਖੋਣ ਵਾਲੇ ਕੌਣ ਨੇ? ਇਹ ਜ਼ਮੀਨਾਂ ਦੇਣ ਵਾਲੇ ਸਾਨੂੰ ਸਾਡੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਾਨੂੰ ਜਾਇਦਾਦਾਂ ਦੇ ਮਾਲਕ ਬਣਾਇਆ, ਜਿਨ੍ਹਾਂ ਨੇ ਸਾਨੂੰ ਜਾਇਦਾਦਾਂ ਦਿੱਤੀਆਂ। ਅੱਜ ਇਹ ਮੋਦੀ ਹਕੂਮਤ, ਭਰਾਵੋ ਆਪਾਂ ਪਾਕਿਸਤਾਨ ਤੋਂ ਉੱਜੜ ਕੇ ਆਏ, ਹੁਣ ਤੱਕ ਲੋਕਾਂ ਦੇ ਪੈਰ ਨਹੀਂ ਲੱਗੇ, ਜੇ ਮਾੜੀ ਮੋਟੀ ਅੱਜ ਰੋਟੀ ਕਿਸਾਨ ਖਾਣ ਲੱਗੇ, ਅੱਜ ਇਹਨਾਂ ਨੂੰ ਆਪਾਂ ਰੜਕਣ ਲੱਗ ਗਏ, ਇਹ ਆਪਾਂ ਨੂੰ ਭਰਾਵੋ ਰੋਟੀ ਖਾਂਦਿਆਂ ਨੂੰ ਵੇਖ ਨਹੀਂ ਸਕਦੇ। ਆਪਾਂ ਸਾਰੇ ਸੁਚੇਤ ਹੋਈਏ, ਆਪਾਂ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਨੂੰ ਭੁੱਲ ਕੇ, ਆਪਾਂ ਨੂੰ ਜਿਹੜੇ ਇਹਨਾਂ ਲੋਕਾਂ ਨੇ ਵੰਡਿਆ ਹੋਇਆ ਅਕਾਲੀ ਦਲ ਦੇ ਨਾਮ ਦੇ ਉੱਤੇ ਜਾਂ ਕਾਂਗਰਸ ਦੇ ਨਾਮ ਦੇ ਉੱਤੇ ਜਾਂ ਭਰਾਵੋ ਆਮ ਆਦਮੀ ਜਾਂ ਹੋਰ ਕੋਈ ਵੀ ਲੱਲਾ ਭੱਬਾ ਪਾਰਟੀ ਹੋਵੇ, ਇਹਨਾਂ ਦੇ ਲੇਵਲ ਤੋਂ ਆਪਾਂ ਬਾਹਰ ਨਿਕਲੀਏ। ਆਪਣਾ ਬਚਾਅ ਤਾਂ ਹੀ ਹੈ, ਆਪਾਂ ਇੱਕ ਕਿਸਾਨ ਦੇ ਝੰਡੇ ਦੇ ਥੱਲੇ ਆਣ ਕੇ ਆਪਾਂ ਪਾਰਟੀਆਂ ਬਾਹਰ ਚਲੇ, ਪਹਿਲਾਂ ਆਪਾਂ ਕਿਸਾਨ ਆ, ਕਿਸਾਨ ਦਾ ਪੁੱਤ ਬਣ ਕੇ ਆਪਾਂ ਕਿਸਾਨ ਦੇ ਮੋਰਚਿਆਂ ਵਿੱਚ ਆਣ ਕੇ ਆਪਾਂ ਇਹਨਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣਾ ਸਮਾਂ ਵੱਧ ਤੋਂ ਵੱਧ ਕੱਢਿਆ ਕਰੋ। ਪਰ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਇਲਾਕੇ ਵਾਲਿਆਂ ਦਾ, ਐਡਾ ਭੱਖਦਾ ਸੀਜ਼ਨ ਹੋਣ ਕਰਕੇ ਤੁਸੀਂ ਫਿਰ ਵੀ ਐਡੀ ਵੱਡੀ ਗਿਣਤੀ ਦੇ ਵਿੱਚ, ਭਰਾਵੋ ਸਾਡਾ ਵਿਛਾਉਣ ਦਾ ਜਿਹੜਾ ਪ੍ਰਬੰਧ ਸੀ ਉਹ ਛੋਟਾ ਰਹਿ ਗਿਆ, ਅਸੀਂ ਮਾਫ਼ੀ ਮੰਗਦੇ ਹਾਂ ਇਸ ਚੀਜ਼ ਦੀ, ਕਿਉਂਕਿ ਤੁਸੀਂ ਇਕੱਠ ਹੀ ਇੰਨਾ ਜ਼ਿਆਦਾ ਕਰ ਦਿੱਤਾ ਕਿ ਜਿਹੜਾ ਸਾਡਾ ਆਸਾ ਉਮੀਦਾਂ ਸਨ ਉਦੋਂ ਇਕੱਠ ਕਿਤੇ ਜ਼ਿਆਦਾ ਹੋ ਗਿਆ। ਅਸੀਂ ਧੰਨਵਾਦ ਹਾਂ ਤੁਹਾਡਾ, ਬਹੁਤ ਬਹੁਤ ਧੰਨਵਾਦੀ ਸਾਰੇ ਸਮੂਹ ਇਲਾਕੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।